हाँ जी, सत श्री अकाल जी मेरे वालों सारयां नूं। ते अज आपां पहुंचे होए आ कीवी फार्म दे विच। ते अज आपां कीवी फार्म दे विच तुहानूं दिखावांगे वी प्लांटिंग किवें कीती जांदी है। इदों पहलां तुसीं कीवी फार्म दे विच बड थिनिंग, पिकिंग ते प्रूनिंग तुहानूं सारे आपां ब्लॉग राहीं दसदे रहिंदे आ। अज आपां प्लांटिंग वाले दे विच आए होए आ मित्रों, ते आज तुहानूं शुरू तों लै के दिखाउंदे आ वी प्लांटिंग किवें हुंदी आ। इहदे विच जिवें हुण आह सारा टोटल प्लांट जिथे आपां अज आए होए आ, इह नवां लग रहा इत्थे। ते जिथे कीवी फार्म दे पहलां तों लगे हुंदे आ, जिवें आ कई सीगे बई हुणे मैनूं लगदा वी पुराने पट्टी जांदे आ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਠੀਕ ਠਾਕ ਹੋ? ਹਾਂਜੀ ਠੀਕ ਠਾਕ, ਵਧੀਆ ਬਾਈ। ਲੱਗੇ ਪਏ ਆ ਪੂਰੇ ਫਿਰ? ਹੈ ਹਾਂਜੀ, ਜੋਰਾਂ ਸ਼ੋਰਾਂ 'ਤੇ ਚੱਲੀ ਜਾਂਦਾ ਕੰਮ ਪੂਰਾ? ਪੂਰੇ ਬਾਈ ਪੂਰੇ। ਅਤੇ ਬਾਈ ਆਹ ਤੁਸੀਂ ਪਹਿਲਾਂ ਪੁਰਾਣਾ ਪੱਟੀ ਜਾਂਦੇ ਹੁਣ? ਹਾਂਜੀ ਹਾਂਜੀ, ਪੁਰਾਣਾ ਪੱਟ ਕੇ ਬਾਈ ਨਵਾਂ ਲਾਵਾਂਗੇ ਇੱਥੇ ਬੂਟਾ। ਠੀਕ ਹੈ ਬਾਈ। ਅਤੇ ਇਹਨੂੰ ਬਾਈ ਇਹ ਪੁਰਾਣਾ ਪੱਟਣ ਦਾ ਕੋਈ ਕਾਰਨ? ਇਹਦਾ ਕਾਰਨ ਬਾਈ ਇਹ ਖਰਾਬ ਹੋ ਗਏ, ਇਹ ਫਲ ਦੇ ਚੁੱਕੇ ਆ। ਇਹ ਮੈਨੂੰ ਲੱਗਦਾ ਵੀ 17-18 ਵਾਰ ਫਲ ਚੱਕ ਲਿਆ। ਹਾਂਜੀ ਹਾਂਜੀ, ਪੁਰਾਣੇ ਹੋ ਗਏ ਬਾਈ, ਓਲਡ ਹੋ ਗਏ ਉਹਨੇ, ਤਾਂ ਕਰਕੇ। ਲੈ ਮੈਂ ਪਟਾ ਦੇਣਾ ਖਾਲੀ। ਲੈ ਬਾਈ, ਲੈ ਕਟਰ ਫੜਾ ਚ ਉੱਬਰ ਨੂੰ। ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ, ਐਂ ਨਹੀਂ ਆਹ ਦੇਖੋ, ਐਂ ਨਹੀਂ ਵੀ ਆਪਾਂ ਕਹਿ ਦਈਏ ਸਿੱਧੇ ਪੱਟ ਲਾਂਗੇ, ਸਿੱਧੇ ਪੱਟਣੇ ਬਹੁਤ ਔਖੇ ਆ, ਨਾਲ ਕਟਰਾਂ ਦੇ ਜੜ੍ਹਾਂ ਤੋਂ ਪੱਟਣਾ ਪੈਂਦਾ। ਲੈ ਵੀ ਜ਼ੋਰ ਲਾ ਕੇ, ਐਂ ਨਹੀਂ ਲਾਡੀ ਸਿੰਘ ਕੰਮ ਚੱਲਣਾ। ਚੱਲ ਚੱਲ ਬਾਈ, ਐਂ ਨਹੀਂ ਸੌਖਾ ਨਿਕਲਦਾ ਕਿ ਨਹੀਂ। ਲੈ ਬਾਈ ਹਰਮੀਤ ਸਿੰਘ, ਚੱਲ ਲੈ ਵੀ ਲੈ ਡਿੱਗੇ ਹੁਣ ਤਾਂ। ਇੱਕ ਗੱਲ ਹੋਰ ਆ ਬਾਈ, ਹੈ ਨਾ, ਇੱਥੋਂ ਦੀ ਮਿੱਟੀ ਉਪਜਾਊ ਬਹੁਤ ਆ, ਮੈਨੂੰ ਲੱਗਦਾ ਵੀ ਕੇਂਚੂਏ ਦੇਖੋ ਯਾਰ, ਹੈ ਨਾ ਬਾਈ, ਇੱਧਰ ਆ ਕੇ ਦਿਖਾਈ ਯਾਰ ਵੀ ਕੇਂਚੂਏ ਬੜੇ ਆ ਵਾਕਈ, ਆਹ ਚੀਜ਼ ਤਾਂ ਦੇਖਣੀ ਪਊਗੀ ਇੱਥੇ। ਲੈ ਕੱਢ ਕੇ ਦਿਖਾਈ ਬਾਈ ਕੇਂਚੂਏ, ਦੇਖ ਤੂੰ, ਦੇਖ ਲਓ ਵੀ ਇੰਨੀ ਕੁ ਹਜੇ ਮਿੱਟੀ ਪੱਟੀ ਆ ਇੱਥੇ, ਗੰਡੋਏ ਬਹੁਤ ਆ ਇੱਥੇ, ਇਹਦੇ ਨਾਲ ਮਿੱਟੀ ਉਪਜਾਊ ਹੋ ਜਾਂਦੀ ਵਧੀਆ। ਤਾਂ ਹੀ ਇੱਥੋਂ ਦੀ ਮਿੱਟੀ ਕਾਮਯਾਬ ਜ਼ਿਆਦਾ ਆ, ਕਿਉਂਕਿ ਇੱਥੇ ਜੇ ਆਪਾਂ ਦੇਖੀਏ ਜਿਹੜੀ ਵੀ ਫਸਲ ਲਾਉਂਦੇ ਆ, ਇੱਥੇ ਸੇਬ ਵੀ ਹੁੰਦੇ ਆ ਅਤੇ ਹੋਰ ਵਰਾਇਟੀਆਂ ਵੀ ਹੁੰਦੀਆਂ। ਕੀਵੀ ਕੀਵੀ ਖੈਰ ਸਭ ਤੋਂ ਵੱਧ ਹੁੰਦੇ ਇੱਥੇ ਨਿਊਜ਼ੀਲੈਂਡ ਦੇ ਵਿੱਚ। ਆ ਹੁਣ ਦੇਖ ਲਓ ਤੁਸੀਂ ਕੰਮ ਚੱਲੀ ਜਾਂਦਾ ਵੀ, ਮੈਨੂੰ ਲੱਗਦਾ ਅੱਜ ਕਿੰਨੇ ਦਿਨ ਹੋ ਗਏ ਬਈ ਕੰਮ ਚੱਲਦੇ ਨੂੰ ਇੱਥੇ? ਇਹ ਬਈ ਹਫ਼ਤਾ ਹੋ ਗਿਆ, ਇੱਕ ਹਫ਼ਤਾ ਪੂਰਾ ਹੋ ਗਿਆ ਲਗਾਤਾਰ ਕੰਮ ਚੱਲੀ ਜਾਂਦਾ। ਇਹ ਵੀ ਦੇਖੋ ਸਾਰਾ ਪਲਾਂਟ ਆਪਾਂ ਇੱਧਰ ਦਿਖਾ ਕੇ ਲਿਆਉਂਦੇ ਹਾਂ, ਇੱਕ ਵਾਰ ਬਾਈ ਹੁਣਾਂ ਨੂੰ ਪੱਟਣ ਦਿਓ, ਫਿਰ ਆਪਾਂ ਨਵਾਂ ਬੂਟਾ ਬਾਈ ਹੁਣੇ ਇੱਥੇ ਲਾਉਣਗੇ, ਤੁਹਾਨੂੰ ਉਹ ਦਿਖਾਉਂਦੇ ਵੀ ਉਹਦੇ ਵਿੱਚ ਖਾਦ ਅਤੇ ਕੀ ਕੁਛ ਪਾਉਂਦੇ ਆ, ਇਹ ਸਾਰੀਆਂ ਚੀਜ਼ਾਂ ਦੀ ਬਾਈ ਹੁਣਾਂ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ। ਆਹ ਤੁਸੀਂ ਦੇਖੋ ਵੀ ਆਹ ਸਾਰਾ ਹੀ ਨਵਾਂ ਲੱਗਿਆ ਹੋਇਆ। ਇਹ ਨਵਾਂ ਲੱਗਣ ਦਾ ਕਾਰਨ ਆ ਹੈ ਵੀ ਜਿਹੜੇ ਪੁਰਾਣੇ ਸੀਗੇ ਇੱਥੇ ਬੂਟੇ, ਇਹਨਾਂ ਦੇ ਉਹਨਾਂ ਨੇ ਫਲ ਦੇ ਤਾ ਸੀਗਾ, ਅਤੇ ਉਦੋਂ ਬਾਅਦ ਸਾਰੇ ਹੁਣ ਜਿਵੇਂ ਆਹ ਨਵੇਂ ਲੱਗ ਰਹੇ ਆ, ਕਿਉਂਕਿ ਉਹਨਾਂ ਦਾ ਫਲ ਚੱਕੇ ਬਾਅਦ 17-18 ਬਾਅਦ ਮੇਰੇ ਹਿਸਾਬ ਨਾਲ ਵੀ ਫਲ ਦਿੰਦੇ ਆ। 35 ਤੋਂ 30 ਸਾਲ ਦੱਸਦੇ ਆ ਵੀ 30 ਤੋਂ 35 ਸਾਲ ਏਜ ਹੁੰਦੀ ਹੈ ਬੂਟੇ ਦੀ। ਹਜੇ ਪੱਕਾ ਕਨਫਰਮ ਕਰਕੇ ਮੈਂ ਤੁਹਾਨੂੰ ਸਾਰੀ ਡਿਟੇਲ ਉਹਦੇ ਬਾਰੇ ਵੀ ਦੱਸੂੰਗਾ ਵੀ ਪੂਰੀ ਪੁਖਤਾ ਜਾਣਕਾਰੀ ਜਿਹੜੀ ਇਹਦੇ ਬਾਰੇ ਵੀ ਕਿੰਨੇ ਸਾਲ ਲਗਾਤਾਰ ਇੱਥੋਂ ਫਲ ਚੱਕ ਸਕਦੇ ਹਾਂ। ਅਤੇ ਬਾਈ ਹੁਣੇ ਬਾਈ ਇੱਥੇ ਲਗਾਉਣ ਲੱਗੇ ਹੁਣ ਨਵਾਂ ਬੂਟਾ, ਆ ਜਾਓ ਬਾਈ ਕੀਵੀ ਦਾ ਤੁਹਾਨੂੰ ਨਵਾਂ ਬੂਟਾ ਲੱਗਦਾ ਦਿਖਾਉਂਦੇ ਹਾਂ। ਆਹ ਦੇਖੋ ਨਵਾਂ ਬੂਟਾ ਲੱਗ ਰਿਹਾ ਵੀ ਕਿਵੇਂ ਲੱਗਦਾ ਕੀਵੀ ਦਾ ਨਵਾਂ ਬੂਟਾ ਦੇਖੋ ਤੁਸੀਂ। ਪਹਿਲਾਂ ਬਾਈ ਫੀਡ ਪਾਉਣੀ ਪੈਂਦੀ ਹੈ ਇਹ 'ਚ? ਅਤੇ ਬਾਈ ਕਿੰਨਾ ਕੁ ਡੂੰਘਾ ਇਹਨੂੰ ਪੱਟਣਾ ਪੈਂਦਾ? ਅਤੇ ਬਾਈ ਆਹ ਜਿਹੜਾ ਚਿੱਟਾ ਪਾਊਡਰ ਆਇਆ ਆਹ ਕਦ? ਕੈਂਚੂਆਂ ਨੂੰ ਜਿਵੇਂ ਥੱਲੇ ਹੈ ਨਾ ਵਿੱਚ ਉਹ ਕਰੀ ਜਾਂਦੇ ਆਪਦਾ ਪੂਰਾ ਸਰਕਲ ਚੱਲੀ ਜਾਵੇ ਉਹਨਾਂ ਦਾ ਵੀ, ਤੇ ਨਾਲੇ ਕੋਈ ਬੂਟੇ ਨੂੰ ਬਿਮਾਰੀ ਨਾ ਲੱਗੇ ਗਾਂਹ ਤੋਂ, ਹੈ ਨਾ ਵੀ ਵਧੀਆ ਚੱਲੇ ਬੂਟਾ ਗਾਂਹ ਤੱਕ। ਠੀਕ ਹੈ, ਵੀ ਲੰਮੇ ਸਮੇਂ ਤੱਕ ਚੱਲਣਾ ਹੁੰਦਾ ਬੂਟੇ ਨੇ, ਤੇ ਇਹ ਮਿੱਟੀ ਆਪਾਂ ਇੱਥੋਂ ਤੱਕ ਰੱਖਣੀ ਹੈ ਬਾਈ। ਆਹ ਜਿਹੜੀ ਚੀਜ਼ ਆ ਨਾ ਇਹ ਉੱਤੇ ਰੱਖਣੀ, ਮੂੰਹ ਬਾਹਰ ਰੱਖਣਾ ਇਹਦਾ ਆਪਾਂ। ਅੱਛਾ, ਇਹ ਹਾਂ ਨਵੀਂ ਫੋਟ ਸ਼ੁਰੂ ਹੋਊਗੀ, ਮਿੱਟੀ ਆਪਾਂ ਸਿਰਫ ਇੱਥੋਂ ਤੱਕ ਪਾਉਣੀ ਹੈ। ਅੱਛਾ, ਆਹ ਹਰਾ ਜਿਹਾ ਨਿਸ਼ਾਨ ਲਾਇਆ ਵੀ ਇੰਨੀ ਕੁ ਰੱਖਣੀ? ਵੈਸੇ ਇੰਨੀ ਕੁ ਰੱਖਣੀ ਹੈ, ਆਹ ਨਿਸ਼ਾਨ ਲੱਗਿਆ ਹੋਇਆ ਮਿੱਤਰੋ, ਦੇਖੋ ਤੁਸੀਂ ਵੀ ਇੱਥੋਂ ਤੱਕ ਮਿੱਟੀ ਜਾਣੀ ਚਾਹੀਦੀ ਹੈ, ਅਤੇ ਇਸ ਤੋਂ ਉੱਤੇ ਇਹਨੂੰ ਆਪਾਂ ਬਾਹਰ ਰੱਖਾਂਗੇ ਨਵੀਂ ਫੋਟ ਨਿਕਲੂ। ਠੀਕ ਹੈ ਬਾਈ, ਲਾਓ ਫਿਰ ਇਹਨੂੰ, ਕਰੋ ਚੰਗਾ ਕੰਮ। ਇਹ ਬਾਈ ਜਿਹੜੇ ਸਾਹਮਣੇ ਬੂਟੇ ਲੱਗੇ ਆ ਹਨਾ, ਉਹਨਾਂ ਦੀ ਸੇਧ ਨੂੰ ਹੀ ਲਾਉਣੇ ਆ, ਕੋਈ ਇੱਧਰ ਉੱਧਰ ਨਹੀਂ ਰੱਖਣਾ, ਇਹ ਸੇਧ 'ਚ ਰੱਖਣਾ ਬੂਟਾ। ਅੱਛਾ, ਹਾਂਜੀ, ਇਸ ਚੀਜ਼ ਦਾ ਹੀ ਪੂਰਾ ਫਰਕ ਹੁੰਦਾ ਬਾਈ? ਹਾਂ ਬਾਈ, ਪੂਰਾ ਧਿਆਨ ਰੱਖਣਾ ਹਰ ਇੱਕ ਦੂਜੇ ਦੀ ਸੇਧ ਨੂੰ ਲਾਉਣੇ ਆ। ਅੱਛਾ ਜੀ, ਮਗਰੋਂ ਬੰਨਣ 'ਚ ਦਿੱਕਤ ਨਾ ਹੋਵੇ। ਅੱਛਾ ਵੀ ਪ੍ਰੋਪਰ ਤੁਹਾਨੂੰ, ਹਾਂ ਵੀ ਠੀਕ ਹੈ, ਕਿਉਂਕਿ ਜਦੋਂ ਬੰਨਦੇ ਆ ਫਿਰ ਬਾਅਦ 'ਚ ਦਿੱਕਤ ਆਉਂਦੀ ਹੈ, ਹੈ ਨਾ, ਜਦੋਂ ਪ੍ਰੂਨਿੰਗ ਵੇਲੇ ਵੀ ਇਹ ਬਾਅਦ 'ਚ ਪ੍ਰੋਬਲਮ ਕਰਦੇ ਜਾਂ ਡੋਡ ਲਾਏ ਹੋਣ, ਤਾਂ ਇਹ ਸਾਰੇ ਸੀਧ ਨੂੰ ਹੀ ਲਾਉਣੇ ਪੈਂਦੇ ਆ। ਦੇਖੋ ਤੁਸੀਂ ਵੀ ਇੱਧਰ ਵੀ ਨਿਗਾਹ ਮਾਰ ਕੇ ਦੇਖੀ, ਸਾਰੇ ਸੀਧ ਨੂੰ ਆ ਉੱਥੋਂ ਤੱਕ, ਅਤੇ ਇੱਧਰ ਵੀ ਦੇਖਦੇ ਹਾਂ ਤਾਂ ਆਪਾਂ ਸਾਰੇ ਸੀਧ ਨੂੰ ਆ। ਲੈ ਬਈ ਪਹਿਲਾਂ ਬਾਈ ਹੁਣਾਂ ਨੇ ਪਾਈ ਫੀਡ, ਅਤੇ ਫਿਰ ਪਾਇਆ ਆਹ ਪਾਊਡਰ। ਪਾਊਡਰ ਪਾਉਣ ਤੋਂ ਬਾਅਦ
ਲੈ ਵੀ ਚੰਗਾ ਕੰਮ ਕਰਤਾ ਬਾਈ ਉਹਨਾਂ ਨੇ ਲਾ ਦਿੱਤਾ ਬੂਟਾ ਕੀਵੀ ਦਾ। ਅਤੇ ਇਹਦੇ ਬਾਈ ਕਿੰਨੇ ਸਾਲਾਂ ਬਾਅਦ ਤਿਆਰ ਹੁੰਦਾ ਕੀਵੀ ਦਾ ਇਹ ਬੂਟਾ, ਜੇ ਤੁਹਾਨੂੰ ਜਾਣਕਾਰੀ ਹੈ ਤਾਂ ਦੱਸੋ ਇਹਦੀ। ਬਾਈ ਲੱਗ ਜਾਣਗੇ ਦੋ ਢਾਈ ਸਾਲ, ਢਾਈ ਤਿੰਨ ਸਾਲ ਲੱਗਦੇ ਆ ਬਾਈ, ਢਾਈ ਤਿੰਨ ਸਾਲਾਂ ਨੂੰ ਪ੍ਰੋਪਰ ਫਲ ਦੇਣ ਲੱਗ ਜੂਗਾ ਵੀ, ਢਾਈ ਤੋਂ ਤਿੰਨ ਸਾਲ ਲੱਗਦੇ ਆ ਪੂਰੇ ਹਜੇ ਤਿਆਰ ਹੋਣ। ਵੀ ਦੇਖੋ ਮਿੱਤਰੋ, ਬੂਟਾ ਛੇਤੀ ਨਹੀਂ ਤਿਆਰ ਹੁੰਦਾ, ਢਾਈ ਤੋਂ ਤਿੰਨ ਸਾਲ ਲੱਗਦੇ ਹੀ ਲੱਗਦੇ ਆ, ਵੀ ਤਿੰਨ ਸਾਲਾਂ ਬਾਅਦ ਇਸ ਚੀਜ਼ ਨੇ ਫਲ ਦੇਣ ਲੱਗਣਾ ਹੁੰਦਾ। ਅਤੇ ਮੈਨੂੰ ਲੱਗਦਾ ਇਹਦੀ ਉਮਰ ਹੁੰਦੀ ਹੈ ਬੂਟੇ ਦੀ 30 ਤੋਂ 35 ਸਾਲ। ਹਾਂਜੀ ਬਾਈ, ਜ਼ਿਆਦਾ ਵੀ ਹੁੰਦੀ ਕਈਆਂ ਦੀ। ਅੱਛਾ, ਵੱਧ ਵੀ ਹੁੰਦੀ ਹੈ, ਸੰਭਾਲ ਸਿਰ 'ਤੇ ਆ। ਹਾਂਜੀ ਠੀਕ ਹੈ, ਇਹਨਾਂ ਨੂੰ ਦਵਾਈਆਂ ਦਵੂਈਆਂ ਇਹਨਾਂ ਨੂੰ ਵੀ ਖੈਰ ਪਾਉਣੀਆਂ ਪੈਂਦੀਆਂ ਹੀ ਆ। ਅਤੇ ਜਿਹੜੀ ਬਾਈ ਇੱਕ ਚੈਨ ਮਾਰਦੇ ਹੁੰਦੇ ਵੱਡੇ ਬੂਟੇ 'ਤੇ, ਉਹਦਾ ਕੀ ਕਾਰਨ ਹੁੰਦਾ? ਉਹਦਾ ਬਾਈ ਇੰਨਾ ਹਜੇ ਨੌਲੇਜ ਹੈ ਨਹੀਂ ਆਪਾਂ ਨੂੰ, ਹਜੇ ਨਵੇਂ ਆ। ਹਾਂਜੀ ਨਵੇਂ ਆ ਹਜੇ। ਉਹਦੇ 'ਚ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਵੀ ਉਹਦਾ ਜਦੋਂ ਆਪਾਂ ਚੈਨ ਲਾਉਂਦੇ ਹੁੰਦੇ ਲਾਸਟ ਦੇ ਵਿੱਚ, ਜਿਵੇਂ ਹੁਣ ਪਿੱਛੇ ਕੀਵੀ ਦੇ ਜਦੋਂ ਫਲ ਚੱਕਦੇ ਆ, ਉਹ ਬਿਮਾਰੀ ਵਾਸਤੇ ਹੁੰਦਾ ਬਾਈ? ਮਤਲਬ ਬਿਮਾਰੀ ਵਿੱਚ ਸਪਰੇ ਦਵਾਈ? ਨਹੀਂ ਨਹੀਂ, ਬਿਮਾਰੀ ਵਾਸਤੇ ਨਹੀਂ ਬਾਈ, ਉਹ ਹੁੰਦਾ ਜਦੋਂ ਫਲ ਦੇ ਵਾਸਤੇ ਹੁੰਦਾ, ਵੀ ਇੱਕ ਤਾਂ ਫਲ ਵੱਧ ਦਿੰਦਾ ਬੂਟਾ, ਅਤੇ ਇੱਕ ਉਹਦੇ ਵਿੱਚ ਮਿੱਠਾ ਜ਼ਿਆਦਾ ਹੁੰਦਾ ਉਹਦੇ ਨਾਲ ਚੈਨ ਨਾਲ। ਅੱਛਾ, ਉਹਦੇ ਵਿੱਚ ਦਵਾਈ ਸਪਰੇ ਵਗੈਰਾ ਵੀ ਪਾਉਂਦੇ? ਨਹੀਂ ਨਹੀਂ, ਸਪਰੇ ਵਗੈਰਾ ਨਹੀਂ ਪਾਉਂਦੇ ਕਿ ਉਹਦੇ ਵਿੱਚ, ਉਹਦੇ ਵਿੱਚ ਚੈਨਾਂ ਲਾਉਂਦੇ ਆ, ਹਰੇਕ ਸਾਲ ਲਾਉਂਦੇ ਜਦੋਂ ਫਲ ਚੱਕਣ ਤੋਂ ਪਹਿਲਾਂ ਲੱਗਦੀਆਂ ਲੱਗਦੀਆਂ। ਅੱਛਾ, ਅਤੇ ਇੱਕ ਤਾਂ ਬੂਟਾ ਗਰੋ ਕਰਦਾ ਅਤੇ ਫਲ ਵੀ ਵਧੀਆ ਦਿੰਦਾ ਅਤੇ ਮਿੱਠਾ ਵੀ ਹੁੰਦਾ ਉਹਦਾ ਫਲ। ਠੀਕ ਆ, ਬੂਟਾ ਜਿਵੇਂ ਨਵਾਂ ਲਾਤਾ, ਹੁਣ ਆਪਾਂ ਨਾਲ ਦੀ ਨਾਲ ਜਾਣਕਾਰੀ ਸਾਂਝੀ ਕਰੀ ਜਾਇਆ ਕਰਾਂਗੇ ਅੱਗੇ ਤੋਂ ਅੱਗੇ। ਲਓ ਵੀ ਅੱਜ ਆਪਾਂ ਇੰਨਾ ਕੁ ਹੀ ਬਲੌਗ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਅਤੇ ਹੋਰ ਜਾਣਕਾਰੀ ਜਿਹੜੀ ਹੋਈ ਤੁਹਾਨੂੰ ਅਗਲੇ ਵਾਰੀ ਆਪਾਂ ਦਿਖਾਵਾਂਗੇ। ਮਿਲਦੇ ਹਾਂ ਫਿਰ ਨਵੇਂ ਬਲੌਗ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।